बादशाह स्पोर्ट्स एंड वेलफेयर क्लब रजिस्टर्ड वालों आने वाली 17 तरीक नूं एक महान कुश्ती दंगल करवाया जा रहा है। यह इस क्लब का चौथा कुश्ती दंगल है जिस विच दूर नेड़ों पहलवान आके शिरकत करनगे। इस संबंधी जानकारी देंदे क्लब के प्रधान मुहम्मद आदिल ने दस्या कि उन्हां दी टीम वालों अगे भी अजिहे दंगल करवाए जाएंगे अते होर स्पोर्ट्स एक्टिविटीज़ भी करवाइया जाएंगिया। मेरा नाम सर मुहम्मद आदिल। आदिल साहब की प्रोग्राम है तुहाडा, किन्नी तरीक नूं कित्थे है? प्रोग्राम सर उस तरह ही पहलां दी तरह अपना चौथा विशाल कुश्ती दंगल मलेरकोला 17 सितंबर दिन ऐतवार, जिस दे विच वड्डा इनाम 21,000 रुपये, दूसरा इनाम 11,000, तीसरा इनाम 5,100, ते इस तो इलावा 2100 दियां ते 1100 दियां, और उस तो इलावा बहुत सारे छोटे इनाम ने। और तीनों दंगल करवा रहे हैं, पहली बार करा रहे हैं? नहीं सर, चौथा कुश्ती दंगल आई है अपना, और लगातार ही इंशाल्लाह अगे भी करवाते रहेंगे। हाँ जी सर, साडे क्लब बादशाह स्पोर्ट्स एंड यूथ वेलफेयर क्लब की तरफों करवा रहे हैं, और साडे इस दे विच बहुत सारे जो पिछली बार की तरह सहयोग करते हैं, जिस तरह के साडे स्टार इंपैक्ट सैगा ब्रांड जी और जीरू रहमानी जान सीमेंट स्टोर कृपा इलैक्ट्रॉनिक साडे बहुत ही सहयोग करते हैं साडे रिकवर कुश्ती दंगल नूं। इस तो इलावा होर बहुत सारे फिट फैब बहुत सारे जोड़े सहयोग कर रहे हैं साडे क्लब नूं। सर यो सारा कुछ है जो कर रहे हैं यूथ नूं ही, यूथ का ध्यान असी नशियां तों हटाउण वास्ते खेडां विच ज़्यादा लगाउण वास्ते ही असी यह दंगल करवा रहे हैं कि किवें ना किवें शहर की नौजवानी नूं नशे की दलदल दे विचों कढ़िया जा सके। ਕਿੰਨਾ ਕੁ ਸਹਾਈ ਲੱਗਦਾ ਤੁਹਾਨੂੰ ਇਹ ਵੀ ਤੁਸੀਂ ਹੈਲਪ ਕਰ ਪਾਵੋਗੇ ਜੋ ਸਟੂਡੈਂਟ ਹੈ, ਜਾਂ ਆਪਾਂ ਗੱਲ ਕਰੀਏ ਕਿ ਅੱਜ ਦਾ ਸ਼ਹਿਰ ਦਾ ਯੂਥ ਹੈ, ਉਹਦੀ ਕਿੰਨੀ ਕੁ ਮਦਦ ਕਰ ਪਾਓਗੇ ਇਹਦੇ ਨਾਲ? ਸਰ ਜੀ ਇਹਦੇ ਨਾਲ ਯੂਥ ਦੀ ਮਦਦ ਤਾਂ ਇਸ ਤਰ੍ਹਾਂ ਹੀ ਹੋਊਗੀ ਜਦੋਂ ਉਹਨਾਂ ਦਾ ਧਿਆਨ ਆਪਾਂ ਜਿਹੜੇ ਕੰਮ ਵੱਲ ਨੂੰ ਧਿਆਨ ਦਿਲਵਾਵਾਂਗੇ ਜੀ, ਉੱਧਰ ਹੀ ਧਿਆਨ ਜਾਣਾ ਜੀ ਉਹਨਾਂ ਦਾ। ਅਗਰ ਆਪਾਂ ਖੇਡਾਂ ਕਰਵਾਉਂਦੇ ਰਹਾਂਗੇ ਜੀ, ਉਹਨਾਂ ਦਾ ਧਿਆਨ ਖੇਡਾਂ ਵੱਲ ਰਹੂਗਾ। ਅਗਰ ਉਹਨਾਂ ਕੋਲ ਕੁਛ ਕਰਨ ਨੂੰ ਹੋਣਾ ਹੀ ਨਹੀਂ ਹੈਗਾ, ਮੱਲੋ ਮੱਲੀ ਮਾੜੇ ਕੰਮਾਂ ਕਰਨੇ, ਉਹਨਾਂ ਦੇ ਕਰਨ ਨੂੰ ਦਿਲ ਕਰਨਾ ਜੀ। ਅਸਲਾਮੁਅਲੈਕੁਮ। ਜੋ ਅਸੀਂ ਇਹ ਖੇਡ ਦੰਗਲ ਕੁਸ਼ਤੀ ਦੰਗਲ ਕਰਵਾ ਰਹੇ ਹਾਂ ਜੀ, ਇਸਦਾ ਜੋ ਮੇਨ ਮਕਸਦ ਹੈ, ਜਿਹੜੇ ਅੱਜ ਦੇ ਸਾਡੇ ਯੂਥ ਹੈ, ਜਿਹੜਾ ਸਾਡਾ ਮਤਲਬ ਹਮਉਮਰ ਯੂਥ ਹੈ, ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਅਸੀਂ ਅਗਰ ਨਿਗਾਹ ਮਾਰੀਏ ਸਾਡੇ ਸ਼ਹਿਰ ਵੱਲ, ਤਾਂ ਬਹੁਤ ਸਾਰੇ ਨੌਜਵਾਨ ਐਸੇ ਨੇ ਜਿਹੜੇ ਕਿ ਨਸ਼ਿਆਂ ਦੀ ਦਲਦਲ 'ਚ ਫਸੇ ਹੋਏ ਹਾਂ। ਸਾਡਾ ਜੋ ਇਹ ਕੁਸ਼ਤੀ ਦੰਗਲ ਕਰਵਾਉਣ ਦਾ ਮਕਸਦ ਹੈ, ਇਹੀ ਮਕਸਦ ਹੈ ਕਿ ਕਿਸ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਅਵੇਅਰ ਕਰਕੇ ਇਸ ਦਲਦਲ 'ਚੋਂ ਕੱਢ ਕੇ ਕਿ ਰੰਗਲੇ ਪੰਜਾਬ ਦੀ ਤਰਫ ਇਹਨਾਂ ਨੂੰ ਲਿਆਤਾ ਜਾਵੇ, ਜਿਸ ਤਰ੍ਹਾਂ ਕਿ ਸਾਡੇ CM ਸਾਹਿਬ ਕਹਿੰਦੇ ਨੇ ਰੰਗਲਾ ਪੰਜਾਬ, ਉਸ ਤਰ੍ਹਾਂ ਦੇ ਰੰਗਲੇ ਪੰਜਾਬ ਬਣਾਉਣ ਦੇ ਲਈ ਇਹ ਜੋ ਜਿਵੇਂ ਖੇਡਾਂ ਵਤਨ ਪੰਜਾਬ ਦੀਆਂ ਚੱਲ ਰਿਹਾ, ਉਸੇ ਤਰਜ਼ ਦੇ ਉੱਤੇ ਅਸੀਂ ਵੀ ਇੱਕ ਕੁਸ਼ਤੀ ਦੰਗਲ ਕਰਵਾ ਰਹੇ ਹਾਂ। ਇਸਦਾ ਜੋ ਸਾਡਾ ਕਰਵਾਉਣ ਦਾ ਮੇਨ ਮਕਸਦ ਇਹੀ ਹੈ ਕਿ ਕਿਸ ਤਰ੍ਹਾਂ ਜੋ ਸਾਡਾ ਯੂਥ ਹੈ ਕਿ ਨਸ਼ਿਆਂ ਦੀ ਦਲਦਲ 'ਚੋਂ ਨਿਕਲ ਸਕੇ, ਔਰ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਕੁਸ਼ਤੀ ਦੰਗਲ ਹੈ, ਇਸ ਤਰ੍ਹਾਂ ਦੀਆਂ ਹੋਰ ਖੇਡਾਂ ਦੇ ਵੀ ਅਸੀਂ ਮਤਲਬ ਸਹਿਯੋਗ ਦਿੰਦੇ ਰਹਾਂਗੇ ਆਪਦੇ ਕਲੱਬ ਦੀ ਤਰਫ। ਮਤਲਬ ਦੇਖ ਕੇ ਇੱਕ ਮਤਲਬ ਅੰਦਰ ਅਹਿਸਾਸ ਪੈਦਾ ਹੁੰਦਾ ਕਿ ਅਸੀਂ ਵੀ ਕੁਛ ਕਰੀਏ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਆਪਦੇ ਲੈਵਲ 'ਤੇ। ਔਰ ਦੇਖੋ ਇਕੱਲਾ ਬੰਦਾ ਤਾਂ ਕੋਈ ਕੁਛ ਕਰ ਨਹੀਂ ਸਕਦਾ ਜੀ, ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ।